ਆਓ ਮਿਲ ਕੇ ਹੱਥ ਵਧਾਈਏ ਆਓ ਮਿਲ ਕੇ ਹੱਥ ਵਧਾਈਏ ਮੋਢੇ ਨਾਲ ਮੋਢਾ ਲਾਈਏ ਸਭਨਾਂ ਨੂੰ ਇਨਸਾਫ ਦਿਵਾਈਏ ਆਓ ਮਿਲ ਕੇ ਹੱਥ ਵਧਾਈਏ ਝਗੜੇ ਛੱਡ ਖੁਸ਼ੀ ਵਰਤਾਈਏ ਝਗੜੇ ਛੱਡ ਖੁਸ਼ੀ ਵਰਤਾਈਏ ਛੋਟੀਆਂ ਛੋਟੀਆਂ ਗੱਲਾਂ ਤੇ ਮਿੱਟੀ ਪਾਈਏ ਹਰ ਆਮ ਅਤੇ ਖਾਸ ਨੂੰ ਸਮਝੌਤੇ ਦਾ ਰਾਹ ਵਿਖਾਈਏ ਆਓ ਆਓ ਪੰਜਾਬੀਅਤ ਦਾ ਮਾਣ ਵਧਾਈਏ ਆਓ ਮਿਲ ਕੇ ਹੱਥ ਵਧਾਈਏ ਸਭਨਾਂ ਨੂੰ ਇਨਸਾਫ ਦਿਵਾਈਏ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੇਣ ਦਾ ਕੰਮ ਕਰਦੀ ਹੈ ਮੁਫਤ ਕਾਨੂੰਨੀ ਸਲਾਹ ਤਾਂ ਕੋਈ ਵੀ ਲੈ ਸਕਦਾ ਹੈ ਪਰ ਮੁਫਤ ਕਾਨੂੰਨੀ ਸਹਾਇਤਾ ਜਿਦੇ ਵਿੱਚ ਸਰਕਾਰੀ ਖਰਚੇ ਤੇ ਆਪਣਾ ਕੇਸ ਲੜਨ ਲਈ ਜਾਂ ਨਵਾਂ ਕੇਸ ਪਾਣ ਲਈ ਲੋਕਾਂ ਨੂੰ ਮੁਫਤ ਵਕੀਲ ਦਿੱਤਾ ਜਾਂਦਾ ਹੈ ਕੋਈ ਵੀ ਬੰਦਾ ਸਾਡੇ ਟੋਲ ਫਰੀ ਨੰਬਰ 1968 1968 'ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਵਾਲ ਇਹ ਉੱਠਦਾ ਹੈ ਕਿ ਮੁਫਤ ਕਾਨੂੰਨੀ ਵਕੀਲ ਕਿਸ ਨੂੰ ਮਿਲ ਸਕਦਾ ਹੈ ਸੈਕਸ਼ਨ 12 ਲੀਗਲ ਸਰਵਿਸ ਅਥਾਰਟੀ ਐਕਟ 1987 ਦੇ ਹੇਠ ਕੋਈ ਵੀ ਵਿਅਕਤੀ ਜੋ ਹਵਾਲਾਤ ਵਿੱਚ ਹੋਵੇ ਕੋਈ ਵੀ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ ਕੋਈ ਬੱਚਾ ਕੋਈ ਇਸਤਰੀ ਕੋਈ ਅਪੰਗ ਵਿਅਕਤੀ ਕੋਈ ਵੀ ਵਿਅਕਤੀ ਜੋ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿਸੇ ਨੇ ਕੋਈ ਆਪਣਾ ਨਵਾਂ ਕੇਸ ਪਾਣਾ ਹੋਵੇ ਜਾਂ ਆਪਦੇ ਉੱਪਰ ਹੋਏ ਹੋਏ ਕੇਸ ਵਿੱਚ ਆਪਦਾ ਬਚਾਅ ਕਰਨਾ ਹੋਵੇ ਉਹ ਸਾਡੇ ਤੋਂ ਮੁਫਤ ਕਾਨੂੰਨੀ ਵਕੀਲ ਲੈ ਸਕਦਾ ਹੈ ਇਹ ਵਕੀਲ ਚਾਹੇ ਜ਼ਿਲ੍ਹਾ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਸਟੇਟ ਲੈਵਲ ਤੇ ਜਾ ਸੈਂਟਰ ਲੈਵਲ ਤੇ ਚਾਹੀਦਾ ਹੈ ਤਾਂ ਅਸੀਂ ਉਹਨਾਂ ਨੂੰ ਮੁਫਤ ਕਾਨੂੰਨੀ ਵਕੀਲ ਦਿੰਨੇ ਹਾਂ ਉਹ ਕੇਸ ਚਾਹੇ ਰੈਵਨਿਊ ਕੋਰਟ ਚ ਹੋਵੇ ਜੁਡੀਸ਼ੀਅਲ ਕੋਰਟ ਚ ਹੋਵੇ ਕਿਸੇ ਕਮਿਸ਼ਨ ਜਾਂ ਟ੍ਰਾਈਬਿਊਨਲ ਚ ਹੋਵੇ ਅਸੀਂ ਉਹਨਾਂ ਨੂੰ ਵਕੀਲ ਮੁਹੱਈਆ ਕਰਾਣੇ ਹਾਂ ਲੋਕਾਂ ਦੇ ਝਗੜਿਆਂ ਨੂੰ ਮੁਕਾਨ ਲਈ ਲੋਕ ਅਦਾਲਤਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਨੈਸ਼ਨਲ ਲੋਕ ਅਦਾਲਤ ਇਸ ਵਾਰ 12 ਮਾਰਚ 2022 ਨੂੰ ਸਾਰੇ ਪੰਜਾਬ ਪਰ ਵਿੱਚ ਲਗਾਈ ਜਾ ਰਹੀ ਹੈ ਮਾਨਯੋਗ ਜਸਟਿਸ ਅਦਿਤਿਵਾਰੀ ਜੀ ਜੋ ਸਾਡੇ ਕਾਰਜਕਾਰੀ ਚੇਅਰਮੈਨ ਹਨ ਉਹਨਾਂ ਦੀ ਰਹਿਨਮਾਈ ਵਿੱਚ ਪੰਜਾਬ ਦੇ ਸਾਰੇ ਡਿਸਟ੍ਰਿਕਟ ਵਿੱਚ ਸਾਰੇ ਸਬਡਿਵੀਜ਼ਨ ਦੇ ਵਿੱਚ ਹਰੇਕ ਕੋਰਟ ਦੇ ਵਿੱਚ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਸ ਲੋਕ ਅਦਾਲਤ ਵਿੱਚ ਕੋਈ ਵੀ ਸਿਵਲ ਕੇਸ ਜਿਹਦੇ ਵਿੱਚ ਮੁੱਖ ਤੌਰ ਤੇ ਮੈਟ੍ਰੀਮੋਨੀਅਲ ਕੇਸਿਸ ਜ਼ਮੀਨਾਂ ਦੇ ਝਗੜੇ ਜਾਂ ਉਹ ਕ੍ਰਿਮੀਨਲ ਕੇਸਿਸ ਜਿਨ੍ਹਾਂ ਦਾ ਰਾਜੀਨਾਮਾ ਹੋ ਸਕਦਾ ਹੈ ਉਹ ਨੈਸ਼ਨਲ ਲੋਕ ਅਦਾਲਤ ਵਿੱਚ ਟੇਕ ਟੇਕ ਅਪ ਕੀਤੇ ਜਾ ਰਹੇ ਹੈ ਇਥੇ ਮੈਂ ਇਹ ਦੱਸਣਾ ਚਾਹਾਂਗਾ 1.5 ਲੱਖ ਤੋਂ ਜ਼ਿਆਦਾ ਕੇਸਿਸ ਆਇਡੈਂਟੀਫਾਈ ਹੋ ਚੁੱਕੇ ਹਨ ਜੋ ਕਿ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਅਤੇ ਸਬਡਿਵੀਜ਼ਨ ਵਿੱਚ ਟੇਕ ਅਪ ਕੀਤੇ ਜਾ ਰਹੇ ਹਨ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਲੋਕਦਾਲਤ ਦਾ ਫੈਸਲਾ ਆਖਰੀ ਹੁੰਦਾ ਹੈ ਇਹ ਫੈਸਲਾ ਸਹਿਮਤੀ ਨਾਲ ਹੁੰਦਾ ਹੈ ਨਹੀਂ ਤਾਂ ਕੇਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਇਹਦੇ ਵਿੱਚ ਪ੍ਰੀਲੀਟਿਗੇਟਿਵ ਅਤੇ ਪੈਂਡਿੰਗ ਦੋਨੋਂ ਕੇਸਿਸ ਲੈਤੇ ਜਾ ਰਹੇ ਹਨ ਲੋਕਾਂ ਦੀ ਜਿਹੜੀ ਕੋਰਟ ਫੀ ਲੱਗੀ ਹੁੰਦੀ ਹੈ ਉਹ ਵਾਪਸ ਮਿਲ ਜਾਂਦੀ ਹੈ ਦੋਨੋਂ ਤੀਰਾਂ ਖੁਸ਼ੀ-ਖੁਸ਼ੀ ਨਾਲ ਘਰ ਵਾਪਸ ਜਾਂਦੀਆਂ ਹਨ ਕੋਈ ਵੀ ਹਾਰਦਾ ਨਹੀਂ ਬਲਕਿ ਜੇਤੂ ਜੇਤੂ ਵਾਲੀ ਪੋਜੀਸ਼ਨ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਮੇਂ ਸਮੇਤੇ 3 ਮਹੀਨੇ ਬਾਅਦ ਨੈਸ਼ਨਲ ਲੋਕ ਅਦਾਲਤ ਲਗਾਈ ਜਾਂਦੀ ਹੈ ਲੋਕਾਂ ਨੇ ਕੋਈ ਵੀ ਉਹਨਾਂ ਦਾ ਪੈਂਡਿੰਗ ਕੇਸ ਹੋਵੇ ਜਾਂ ਜਦੋਂ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਕੋਈ ਕੇਸ ਫਾਈਲ ਕਰਨਾ ਹੋਵੇ ਤਾਂ ਉਸ ਤੋਂ ਪਹਿਲਾਂ ਉਹ ਪ੍ਰੀ ਲਿਟੀਗੇਸ਼ਨ ਕੇਸਿਸ ਫਾਈਲ ਕਰ ਸਕਦੇ ਹਨ ਅਤੇ ਸਮਝੌਤੇ ਦੀ ਇੱਕ ਹੋਰ ਕੋਸ਼ਿਸ਼ ਕਰ ਸਕਦੇ ਹਨ ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਲੋਕ ਅਦਾਲਤ ਵਿੱਚ ਵੱਡ ਚੜ ਕੇ ਹਿੱਸਾ ਲਵਾਂਗੇ ਅਤੇ ਇਸ ਨੂੰ ਕਾਮਯਾਬ ਬਣਾਵਾਂਗੇ ਮੈਂ ਇੱਥੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਪਰਾਧ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਵੀ ਕੰਮ ਕਰਦੀ ਹੈ। ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ 2017 ਅਤੇ ਨਾਲਸਾ ਵਿਕਟਿਮ ਕੰਪਨਸੇਸ਼ਨ ਸਕੀਮ 2018 ਦੀ ਨੋਡਲ ਏਜੰਸੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਹੈ। ਜਿਹੜੇ ਵੀ ਅਪਰਾਧ ਪੀੜਤ ਹਨ ਜਿਵੇਂ ਕਿ ਕੋਈ ਵੀ ਫੀਮੇਲ ਰੇਪ ਹੋਇਆ ਹੋਵੇ, ਬਰਨ ਦੀ ਵਿਕਟਿਮ ਹੋਵੇ, ਐਸਿਡ ਅਟੈਕ ਹੋਵੇ, ਉਹਨਾਂ ਨਾਲ ਜੋ ਵੀ ਇਹ ਕਰਾਇਮ ਹੋਇਆ ਹੋਵੇ, ਉਹਨਾਂ ਨੂੰ ਉਸ ਦਾ ਮੁਆਵਜ਼ਾ ਮਿਲਦਾ ਹੈ। ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਦੇ ਰਾਹੀਂ ਬਹੁਤ ਸਾਰਾ ਮੁਆਵਜ਼ਾ ਦੇ ਰਹੀ ਹੈ ਮੈਂ ਇਹ ਦੱਸਣਾ ਚਾਹਾਂਗਾ ਕਿ 2021-22 ਦੇ ਵਿੱਚ ਪੂਰੇ ਪ੍ਰਦੇਸ਼ ਦੇ ਵਿੱਚ ਕਰੀਬਨ 8 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ ਇਸ ਲਈ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਜਦੋਂ ਵੀ ਕੋਈ ਵੀ ਅਪਰਾਧ ਪੀੜਾ ਤੁਹਾਡੇ ਸੰਪਰਕ ਵਿੱਚ ਆਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਤਾਂ ਕਿ ਉਹਨਾਂ ਦੀ ਅਸੀਂ ਮਦਦ ਕਰ ਸਕੀਏ ਕੋਈ ਬੱਚਾ ਕੋਈ ਇਸਤਰੀ ਕੋਈ ਬੱਚਾ ਕੋਈ ਇਸਤਰੀ ਜਾਂ ਹੋਵੇ ਹਵਾਲਾਤੀ ਮਾਨਸਿਕ ਰੋਗੀ ਅਪੰਗ ਜਾਂ ਹੋਵੇ ਅਨੁਸੂਚਿਤ ਜਾਤੀ ਮੁਫਤ ਕਾਨੂੰਨੀ ਸਹਾਇਤਾ ਲਈ ਨੰਬਰ 1968 ਮਿਲਾਈਏ ਆਓ ਮਿਲ ਕੇ ਹੱਥ ਵਧਾਈਏ ਮੋੜੇ ਨਾਲ ਮੋੜਾ ਲਾਈਏ ਸਭਨਾਂ ਨੂੰ ਇਨਸਾਫ ਦਿਵਾਈਏ ਸਭਨਾਂ ਨੂੰ ਇਨਸਾਫ ਦਿਵਾਈਏ ਅਸੀਂ ਸਾਰੇ ਪੰਜਾਬ ਦੇ ਵਿੱਚ ਨਾਲਸਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾਂ ਤੇ 12 ਤਿੰਨ 2022 ਨੂੰ ਸਾਰੇ ਪੰਜਾਬ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰ ਰਹੇ ਹਾਂ ਜਿਦੇ ਵਿੱਚ ਦੀਵਾਨੀ ਕੇ ਸਫਾਉਤਦਾਰੀ ਕੇ ਜੜੇ ਰਾਜਨਾਮਾ ਹੋ ਸਕਦੇ ਨੇ ਕਾਨੂੰਨ ਦੇ ਅਨਸਾਰ ਉਹ ਟੇਕ ਅਪ ਕਰ ਰਹੇ ਆ ਮੇਰੀ ਸਾਰੀ ਲੋਕਾਂ ਨੂੰ गुजारिश ਹੈ ਬੇਨਤੀ ਹੈ ਕਿ ਉਹ ਇਸ ਲੋਕ ਅਦਾਲਤ ਬੜ ਚੜ ਕੇ ਬਾਗਲੈਂਡ ਅਤੇ ਆਪਣੇ ਕੇਸ ਦਾ ਫੈਸਲਾ ਆਪਣੀ ਆਪਸੀ ਰਜਮੰਦੀ ਨਾਲ ਕਰਵਾਉਣ ਕਿਉਂਕਿ ਜਦੋਂ ਕੇਸ ਦਾ ਫੈਸਲਾ ਆਪਸੀ ਰਜਮੰਦੀ ਨਾਲ ਹੁੰਦਾ ਹੈ ਤੇ ਉਹਦੇ ਵਿੱਚ ਕੋਈ ਅਪੀਲ ਜਾਂ ਦਲੀਲ ਅੱਗੇ ਅਪੀਲ ਨਹੀਂ ਹੋ ਸਕਦੀ ਅਤੇ ਦੋਨੋਂ ਹੀ ਪਾਰਟੀਆਂ ਖੁਸ਼ੀ-ਖੁਸ਼ੀ ਕਰ ਜਾਂਦੀਆਂ ਹਨ ਕਿਉਂਕਿ ਉਹਨਾਂ ਦਾ ਫੈਸਲਾ ਆਪਸੀ ਰਾਜਮੰਦੀ ਨਾਲ ਹੋਇਆ ਹੁੰਦਾ ਹੈ ਅਸੀਂ ਪੂਰ ਜੋਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਨੈਸ਼ਨਲ ਲੋਕ ਅਦਾਲਤ ਵੱਤ ਤੋਂ ਵੱਤ ਕੇਸ ਡਿਸਾਈਡ ਕਰ ਸਕੀਏ ਧੰਨਵਾਦ